ਗਰਨਰਸ ਜਿਹੜੀ ਹੈ ਸਟੂਡੈਂਟ ਤੱਕ ਪਹੁੰਚੇ ਉਹ ਬਿਲਕੁਲ ਹੀ ਸ਼ਲਾਗਯੋਗ ਹੈ ਤੇ ਆਪਾਂ ਨੂੰ ਸਹਾਰਾ ਵੀ ਚਾਹੀਦਾ ਉਸ ਚੀਜ਼ ਨੂੰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਇੱਕ ਸਹੀ ਇਨਫੋਰਮੇਸ਼ਨ ਸਹੀ ਇੱਕ ਜਿਹੜੇ ਐਕਸਪਰਟ ਦੇ ਸ्रू ਤੁਹਾਡੇ ਤੱਕ ਪਹੁੰਚ ਸਕੇ ਤਾਂ ਕਿ ਇੱਕ ਫਾਈਲਿੰਗ ਦੇ ਵਿੱਚ ਬੱਚੇ ਨੂੰ ਸਹਾਇਤਾ ਮਿਲ ਸਕੇ ਤਾਂ ਕਿ ਇੱਕ ਸਹੀ ਲੀਗਲ ਵੇ ਨਾਲ ਉਹ ਆਪਣਾ ਵੀਜ਼ਾ ਜਿਹੜਾ ਹਾਸਲ ਕਰ ਸਕੇ ਅੱਜ ਜਦੋਂ ਫਿਰ ਮੈਂ ਮੁੜ ਕੇ ਉਹੀ ਐਡਵਰਟਾਈਜ਼ਮੈਂਟ ਤੇ ਆਉਣਾ ਦੇਖਦੇ ਆ 4 ਸਾਲ ਦਾ ਗੈਪ ਐਕਸੈਪਟਿਡ 5 ਸਾਲ ਦਾ ਗੈਪ ਐਕਸੈਪਟਿਡ ਰਿਜੈਕਟਿਡ ਕੇਸ ਵੀ ਦੁਆਰਾ ਆ ਕੇ ਮਿਲੋ ਨਿਊਜ਼ੀਲੈਂਡ ਜਾਣ ਲਈ ਇਹ ਗੱਲ ਕਰੀਏ ਵਿਦਾਊਟ ਆਈਐਲਟੀਐਸ ਨਿਊਜ਼ੀਲੈਂਡ ਚਲੋ ਪੰਜਾਬ ਬੋਰਡ ਵਾਲੇ ਵੀ ਜਾ ਸਕਦੇ ਨੇ ਇਹ ਚੀਜ਼ਾਂ ਕਿੰਨੀਆਂ ਸੱਚ ਨੇ ਕੀ ਫੈਕਟ ਹੈ ਪ੍ਰੋਪਰਲੀ ਕੀ ਚੱਲ ਰਿਹਾ ਹੈ ਇਸ ਟਾਈਮ ਨਿਊਜ਼ੀਲੈਂਡ ਸਿਨੈਰੀਓ ਵੀਜ਼ਾ ਕਿਹਨੂੰ ਮਿਲ ਰਿਹਾ ਹੈ ਕਿ ਇਹ ਵੀ ਚੀਜ਼ਾਂ ਵਿੱਚ ਕਾਊਂਟ ਹੋ ਰਹੀਆਂ ਨੇ ਕੀ ਕਹਿੰਦਾ ਅਮਨਦੀਪ ਜੀ ਇਹ ਜਿਹੜਾ ਪੁਆਇੰਟ ਤੁਸੀਂ ਤਿੰਨ ਕੰਡੀਸ਼ਨ ਦੱਸੇ ਨੇ ਤਿੰਨ ਕੇਸ ਸਿਨੈਰੀਓ ਤੇ ਤਿੰਨੋ ਸਹੀ ਨੇ ਮੈਂ ਤਿੰਨੋ ਜੀ ਐਗਰੀ ਕਰਾਂਗਾ ਤਿੰਨੋ ਪੋਸਿਬਲ ਠੀਕ ਹੈ ਗੈਪ ਐਕਸੈਪਟੇਬਲ ਆ ਉਹਦੇ ਚ ਕੰਡੀਸ਼ਨਸ ਜੀ ਕੰਡੀਸ਼ਨਸ ਹੈ ਕਹਿੰਦੇ ਗੈਪ ਐਕਸੈਪਟੇਬਲ ਆ ਕੰਡੀਸ਼ਨ ਇਹ ਉਹ ਪ੍ਰੋਪਰ ਤੁਸੀਂ ਜਸਟੀਫਾਈ ਉਹਨੂੰ ਕੀਤਾ ਫੋਰ ਐਗਜ਼ਾਮਪਲ ਤੁਸੀਂ ਵਰਕ ਐਕਸਪੀਰੀਅੰਸ ਆ ਤੁਹਾਡਾ ਉਹਦੇ ਵਿੱਚ ਵਰਕ ਐਕਸਪੀਰੀਅੰਸ ਜਿਹੜਾ ਉਹਨੂੰ ਤੁਹਾਨੂੰ ਅੱਛੀ ਤਰ੍ਹਾਂ ਜਸਟੀਫਾਈ ਕਰਨਾ ਪਏਗਾ ਉਹ ਤੁਹਾਨੂੰ ਡਾਕੂਮੈਂਟਸ ਪ੍ਰੋਡਿਊਸ ਕਰਨੇ ਪੈਣਗੇ ਹੁਣ ਕਈ ਹੁੰਦਾ ਸਟੂਡੈਂਟ ਕਈ ਦੇਖੇ ਨੇ ਅਸੀਂ ਕਿ ਕੰਪਨੀਆਂ ਹੈਗੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਜਿਹੜੀ ਪੰਜਾਬ ਚ ਉਹ ਕੈਸ਼ ਤੇ ਪੇ ਕਰਦੀਆਂ ਸੈਲਰੀ ਅਕਾਊਂਟ ਦੇ ਅਲਾਵਾ ਹੋਰ ਬੜੇ ਤਰੀਕੇ ਨੇ ਤੁਸੀਂ ਆਪਣਾ ਵਰਕ ਐਕਸ ਦਿਖਾ ਸਕਦੇ ਹੋ ਠੀਕ ਹੈ ਹੁਣ ਵੀ ਇੱਕ ਕਲਪ ਇੱਕ ਅਪਰੂਵ ਹੋਇਆ ਮੋਹਾਲੀ ਦਾ ਇੱਕ ਸਟੂਡੈਂਟ ਸੀ ਆਪਣਾ ਮੈਕੈਨੀਕਲ ਇੰਜੀਨੀਅਰਿੰਗ ਕੀਤਾ ਸੀ ਡਿਪਲੋਮਾ ਉਡ ਮੈਨੂਫੈਕਚਰਿੰਗ ਵਾਸਤੇ ਵਿਰਾਕੀ ਚਾ ਦਾ ਵੀਜ਼ਾ ਹੋਇਆ ਜੀ ਪਿਛਲੇ 4 ਸਾਲ ਤੋਂ ਇੱਕ ਜੌਬ ਕਰ ਰਿਹਾ ਹੈ ਇੱਕ ਕੰਪਨੀ ਚ ਕੰਪਨੀ ਵੀ ਨਹੀਂ ਹੈ ਇੱਕ ਸ਼ਾਪ ਤੇ ਕਰ ਰਿਹਾ ਹੈ ਬੇਸਿਕਲੀ ਇੱਕ ਸ਼ਾਪ ਆ ਇੱਕ ਸੀਐਨਸੀ ਫਰਮ ਜਿਵੇਂ ਹੁੰਦੀ ਹੈ ਨਾ ਸੀਐਨਸੀ ਦਾ ਮਸ਼ੀਨ ਦੇ ਕੰਮ ਨੇ ਉਹਦੇ ਵਿੱਚ ਹੁਣ ਉਹਦੇ ਚ ਜਿਹੜਾ ਓਨਰ ਆ ਉਹ ਕਦੀ ਵੀ ਅਕਾਊਂਟ ਚ ਪੇ ਨਹੀਂ ਕਰਦਾ ਸੀ ਉਹ ਮਹੀਨੇ ਦੇ ਤੁਹਾਨੂੰ 9000 ਰੁਪਏ ਆ 8000 ਰੁਪਏ ਕੈਸ਼ ਫੜਾਉਂਦਾ ਉਹਦੇ ਵਿੱਚ ਜਿਹੜਾ ਮੈਂ ਦਾਵੇ ਨਾਲ ਕਹਿ ਸਕਦਾ ਹੈ ਮੋਹਾਲੀ ਦਾ ਸਟੂਡੈਂਟ ਹੈ ਮੈਨੂੰ ਲੱਗਦਾ ਨਹੀਂ ਉਹਨੇ ਕੋਈ ਵੀ ਕੰਸਲਟੈਂਟ ਛੋੜਿਆ ਹੋਗਾ ਪੂਰੇ ਪੰਜਾਬ ਤੇ ਜਿਹਨੂੰ ਵਿਜ਼ਿਟ ਕੀਤਾ ਹੈ ਲੇਕਿਨ ਉਹਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਉਹਨੂੰ ਡਾਕੂਮੈਂਟੇਸ਼ਨ ਹੀ ਨਹੀਂ ਮਿਲੀ ਉਹਨੂੰ ਹਰ ਬੰਦੇ ਨੇ ਕਹਿਤਾ ਤੇਰੀ ਸੈਲਰੀ ਅਕਾਊਂਟ ਨਹੀਂ ਹੈਗੀ ਤੇਰਾ ਵੀਜ਼ਾ ਨਹੀਂ ਹੋਏਗਾ 4 ਸਾਲ ਦਾ ਤੇਰਾ ਗੈਪ ਉਹਦਾ ਵੀਜ਼ਾ ਹੋਇਆ ਹੈ 5 ਦਿਨ ਚ ਵੀਜ਼ਾ ਹੋਇਆ ਆਬਵੀਅਸਲੀ ਦਰ ਵਾਸ ਅ ਇੰਟਰਵਿਊ ਕੰਡਕਟਡ ਸ਼ਾਰਟ ਇੰਟਰਵਿਊ ਕੰਡਕਟ ਕੀਤਾ ਬਟ ਐਕਸਪੀਰੀਅੰਸ ਰਿਲੇਟਿਡ ਫਿਰ ਵੀ ਨਹੀਂ ਪੁੱਛਿਆ ਕਿਉਂਕਿ ਉਹਦੀ ਡਾਕੂਮੈਂਟੇਸ਼ਨ ਅਸੀਂ ਇੰਨੀ ਪ੍ਰੋਵਾਈਡ ਕਰਤੀ ਸੀ ਹਾਈ ਕਮਿਸ਼ਨ ਨੂੰ ਤਾਂ ਉਹਨਾਂ ਨੂੰ ਲੱਗਿਆ ਕਿ ਠੀਕ ਹੈ ਸੈਲਰੀ ਅਕਾਊਂਟ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਵੀ ਅਵੇਅਰਨੈਸ ਹੈ ਇਹੋ ਜਿਹਾ ਕੋਈ ਪ੍ਰੋਫੈਕਟ ਗਾਈਡਲਾਈਨਸ ਨਹੀਂ ਆ ਜਿਹਦੇ ਚ ਉਹ ਕਹਿ ਰਹੇ ਨੇ ਕਿ ਸੈਲਰੀ ਅਕਾਊਂਟ ਮੰਡੀਟਰੀ ਹੈ ਉਹ ਐਕਸਪੀਰੀਅੰਸ ਕਾਊਂਟ ਕਰਦਾ ਇਹਦੇ ਚ ਐਕਸਪੀਰੀਅੰਸ ਕਾਊਂਟ ਕਰਦਾ ਐਗਜ਼ੈਕਟਲੀ 에ਜੰਟ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਡਾਕੂਮੈਂਟਸ ਉਹ ਪ੍ਰੋਡਿਊਸ ਕਰ ਸਕਦਾ ਜਿਹੜਾ ਹਾਈ ਕਮਿਸ਼ਨ ਉਹਨੂੰ ਐਕਸੈਪਟ ਕਰੇ ਜ਼ਰੂਰੀ ਨਹੀਂ ਆ ਸਾਰੇ ਡਾਕੂਮੈਂਟਸ ਚਾਹੀਦੇ ਹੁੰਦੇ ਨੇ ਠੀਕ ਹੈ ਫੋਰ ਇਗਜ਼ਾਮਪਲ ਮੈਰਿਜ ਕਿਸੇ ਦੀ ਮੈਰਿਜ ਹੋ ਗਈ ਠੀਕ ਹੈ ਮੈਰਿਜ ਨੂੰ ਜਸਟੀਫਾਈ ਕਰਨ ਵਾਸਤੇ ਉਹਨੂੰ ਰਿਲੇਟ ਕਰਨ ਵਾਸਤੇ ਮੈਰਿਜ ਸਰਟੀਫਿਕੇਟ ਤੋਂ ਅਲਾਵਾ ਹੋਰ ਬੜੀ ਚੀ

ਇਥੇ ਵੀ ਕੰਡੀਸ਼ਨ ਅਪਲਾਈ ਇਥੇ ਦੇ ਵੀ ਕੰਡੀਸ਼ਨ ਅਪਲਾਈ ਆ ਇਹਦੇ ਵਿੱਚ ਵੀ ਤੁਹਾਨੂੰ ਰਾਈਟ ਏਜੰਟ ਨੂੰ ਕੰਸਲਟ ਕਰਨਾ ਪਏਗਾ ਜੋ ਤੁਹਾਨੂੰ ਗਾਈਡ ਕਰ ਪਾਏ ਕਿ ਵੈਦਰ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਵਿਦਆਊਟ ਆਇਲੈਟਸ ਮੀਟ ਕਰਦੀ ਹੈ ਜਾਂ ਨਹੀਂ ਮੀਟ ਕਰਦੀ ਹੈ ਕਿਉਂਕਿ ਇਥੇ ਵਿਦਆਊਟ ਆਇਲੈਟਸ ਬੱਚੇ ਨੂੰ ਬਿਜਾਏ ਕਿ ਕੰਡੀਸ਼ਨ ਸਮਝਾਈਆਂ ਜਾਣ ਬੱਚੇ ਨੂੰ ਸਿਰਫ ਇਸ ਪਾਸੇ ਤੌਰ ਦਾ ਨਜ਼ਰ ਆਉਂਦਾ ਵੀ ਸਟੂਡੈਂਟ ਇੱਕ ਵਿਦਆਊਟ ਆਇਲੈਟਸ ਵਿਦਆਊਟ ਅੰਗਰੇਜ਼ੀ ਨੂੰ ਮੰਨਣਾ ਸ਼ੁਰੂ ਹੋ ਗਿਆ ਉਹਨੂੰ ਪ੍ਰੋਪਰਲੀ ਸਮਝਾਇਆ ਨਹੀਂ ਗਿਆ ਵੀ ਉਹ ਸ਼ਾਇਦ ਐਂ ਲੱਗਦਾ ਵਿਦਆਊਟ ਆਇਲੈਟਸ ਮੀਨਸ ਵੀ ਜਿਹੜਾ ਮਰਜ਼ੀ ਜਾ ਸਕਦਾ ਹ ਕੰਡੀਸ਼ਨਸ ਨੇ ਟਰਮਸ ਐਂਡ ਕੰਡੀਸ਼ਨਸ ਨੇ ਜਿਹਦੇ ਨਾਲ ਤੁਸੀਂ ਜਾ ਸਕਦੇ ਹੋ ਉੱਥੇ ਵੀਜ਼ਾ ਲੈ ਸਕਦੇ ਹੋ ਬਟ ਇੱਕ ਜਰੂਰ ਕਹੂੰਗਾ ਐਕਸਪਰਟ ਨਾਲ ਆਪਣਾ ਰابطਾ ਕਾਇਮ ਕਰਿਓ ਐਕਸਪਰਟ ਏਜੰਸੀ ਨੈਕਸਟ ਟੀਮ ਨਾਲ ਤਾਂ ਕਿ ਸਹੀ ਗਾਈਡੈਂਸ ਸਹੀ ਕਾਉਂਸਲਿੰਗ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਇਥੇ ਤੀਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਉਹ ਹੈਗੀ ਆ ਜੀ ਰਿਜੈਕਟਡ ਕੇਸਿਸ ਉਹਨਾਂ ਨੂੰ ਵੀ ਵੈਲਕਮ ਕੀਤਾ ਜਾ ਰਿਹਾ ਤੁਸੀਂ ਕੋਈ ਜ਼ਰੂਰ ਆ ਹਾਂਜੀ ਹਾਂਜੀ ਹੁਣ ਤੁਸੀਂ ਈਐਨਟਾ ਰੀਮੈਂਬਰ ਵੀ ਹੋ ਇਨ ਟੱਚ ਵੀ ਹੋ ਹੈਨਾ ਵੀਜ਼ਾ ਆਫੀਸਰਸ ਨਾਲ ਹਾਈ ਕਮਿਸ਼ਨਰ ਨਾਲ ਕੀ ਸਕੋਪ ਦੇਖਦੇ ਹੋ ਜਿਨ੍ਹਾਂ ਦੀ ਇੱਕ ਵਾਰ ਰਿਜੈਕਸ਼ਨ ਲੱਗੀ ਨਹੀਂ ਸੀ ਰਿਫਿਊਜ਼ਲ ਵਾਸਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਬਿਲਕੁਲ ਓਪਨ ਹੈ ਉਹ ਕਹਿੰਦੇ ਨੇ ਕਿ ਤੁਸੀਂ ਰੀਐਪਲਾਈ ਕਰ ਸਕਦੇ ਹੋ ਠੀਕ ਹੈ ਅਗਰ ਤੁਹਾਡੇ ਕੋਲ ਨਿਊ ਇਨਫੋਰਮੇਸ਼ਨ ਹੈ ਜਾਂ ਕੋਈ ਕੰਪੇਲਿੰਗ ਇਨਫੋਰਮੇਸ਼ਨ ਜਾਂ ਕੋਈ ਡਿਫਰੈਂਟ ਇਨਫੋਰਮੇਸ਼ਨ ਹੈ ਤੁਸੀਂ ਰੀਐਪਲਾਈ ਕਰ ਸਕਦੇ ਹੋ ਚਾਹੇ ਉਹ ਮਹੀਨੇ ਬਾਅਦ ਹੋਵੇ ਚਾ 15 ਦਿਨ ਬਾਅਦ ਹੋਵੇ ਅਸੀਂ ਕਈ ਕੇਸਸ ਹੁੰਦੇ ਅਪਰੂਵ ਕਰਾਏ ਨੇ ਜਿਹੜੇ ਕਿ ਪਿਛਲੇ ਕੰਸਲਟੈਂਟ ਨੇ ਉਹਦੇ ਵਿੱਚ ਗਲਤੀਆਂ ਕੀਤੀ ਸੀ ਠੀਕ ਹੈ ਕੰਸਲਟੈਂਟ ਦੀ ਗਲਤੀ ਹੁੰਦੀ ਹੈ ਸਟੂਡੈਂਟ ਦੀ ਗਲਤੀ ਨਹੀਂ ਹੁੰਦੀ ਇਨ ਟਰਮ ਗੈਪ ਨੂੰ ਸਹੀ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਹੁੰਦਾ ਕਿਈ ਕੇਸਸ ਤੇ ਬਹੁਤ ਸਾਰੇ ਹੋਰ ਕੰਡੀਸ਼ਨ ਹੈਗੇ ਨੇ ਤਾਂ ਉਹਨਾਂ ਨੂੰ ਰੀਅਪਲਾਈ ਕੀਤਾ ਗਿਆ ਪ੍ਰੋਪਰ ਤਰੀਕੇ ਨਾਲ ਕਵਰਿੰਗ ਲੈਟਰ ਚ ਬਰੀਫ ਕੀਤਾ ਹੋਇਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਦੱਸਿਆ ਗਿਆ ਕਿ ਇਹ ਚੀਜ਼ਾਂ ਲੈਪਸਸ ਸੀ ਪਿਛਲੀ ਵਾਰ ਚ ਇਹ ਉਸੇ ਕਰੈਕਟ ਕਰ ਲਿਆ ਇਹਦੇ ਵਿੱਚ ਸਾਰੀ ਅਪਰੂਵ ਹੋ ਗਈਆਂ ਫਾਈਲ। ਤੋਂ ਐਵੀ ਜਿਹੜਾ ਕੇਸ ਆ ਕਿ ਰਿਫਿਊਜ਼ਲ ਜਿਹੜੇ ਕੇਸਸ ਆ ਉਹ ਵੀ ਅਸੀਂ ਐਕਸੈਪਟ ਕਰਦੇ ਆ ਬਟ ਉਹਦੇ ਚ ਵੀ ਕੰਡੀਸ਼ਨਸ ਬਟ ਅਗਰ ਤੁਸੀਂ ਸਾਨੂੰ ਅਪਰੋਚ ਕਰੋਗੇ ਵਿਦ ਪ੍ਰੋਪਰ ਪ੍ਰੋਫਾਈਲਿੰਗ ਅਗਰ ਅਪਰੋਚ ਕਰੋਗੇ ਅਸੀਂ ਉਹਨੂੰ ਐਸੈਸ ਕਰਾਂਗੇ ਤੁਹਾਨੂੰ ਦੱਸਾਂਗੇ ਤੁਹਾਡਾ ਰੀ ਅਪਲਾਈ ਹੋ ਸਕਦਾ ਨਹੀਂ ਹੋ ਸਕਦਾ ਅਗਰ ਰੀ ਅਪਲਾਈ ਹੋ ਸਕਦਾ ਤਾਂ ਕਿੰਨੇ ਵੀਜ਼ਾ ਦੇ ਚਾਂਸਸ ਮੈਂ ਬਿਲਕੁਲ ਇੱਥੇ ਇੱਕ ਚੀਜ਼ ਕਹੂੰਗਾ ਫ੍ਰੀ ਆਫ ਕਾਸਟ ਕਾਉਂਸਲਿੰਗ ਲਈ ਇਨਨਾਲ ਬਿਲਕੁਲ ਰਾਬਤਾ ਕਾਇਮ ਕੀਤਾ ਜਾ ਸਕਦਾ ਖਾਸ ਕਰ ਫ੍ਰੀ ਆਫ ਕਾਸਟ ਫਾਈਲਿੰਗ ਲਈ ਵੀ ਜੋ ਇਨਫੋਰਮੇਸ਼ਨ ਦੇ ਰਹੇ ਸਰਵਿਸ ਮੈਡਵੇ ਵਾਲੋ ਦਿੱ ਕਿਸੇ ਵੀ ਸਟੇਟ ਤੋਂ ਨੇ ਕਿਸੇ ਗੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਦਿੱਲੀ ਦੀ ਉੱਤਰਾਖੰਡ ਜੰਮੂ ਹਿਮਾਚਲ ਦੀ ਗੱਲ ਨਹੀਂ ਕਰਦੇ ਕਿਸੇ ਵੀ ਸਟੇਟ ਤੋਂ ਨੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਮੈਡਵੇਜ ਤੋਂ ਤਾਂ ਸਰਵਿਸ ਖਾਸ ਕਰਕੇ ਉਹਨਾਂ ਲਈ ਹੈ ਵਿਦਆਊਟ ਐਨੀ ਪ੍ਰੋਸੈਸਿੰਗ ਫੀਸ ਤੁਸੀਂ ਜਾ ਸਕਦੇ ਇੱਕ ਸਹੀ ਗਾਈਡੈਂਸ ਇੱਕ ਸਹੀ ਅਸੈਸਮੈਂਟ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 269 ਤੇ ਫਲੈਸ਼ ਹੋ ਰਿਹਾ ਨੰਬਰ ਬਿਜ਼ੀ ਹੈ ਮੈਸੇਜ ਕੀਤਾ ਜਾ ਸਕਦਾ ਹੈ ਯਾ ਇਹਨਾਂ ਦੇ ਐਡਰੈਸ ਜਿਹੜੇ ਆਫਿਸਿਸ ਦੇ ਚੱਲ ਰਹੇ ਆ ਉਹ ਨੋਟ ਕਰਕੇ ਉੱਥੇ ਵੀ ਵਿਜ਼ਿਟ ਕੀਤਾ ਜਾ ਸਕਦਾ ਹੁਣ ਮੈਂ ਆਉਣਾ ਚਾਹੁੰਦਾ ਉਸ ਚੀਜ਼ ਵੱਲ ਜਿਹੜੀ ਮੇਨ ਸਟੂਡੈਂ ਚੰਗਾ ਫਿਊਚਰ ਬਣਾਉਣ ਦੇ ਲਈ ਚੰਗਾ ਇੱਕ ਫਿਊਚਰ ਦੇਖਣ ਦੇ ਲਈ ਜਿਹੜਾ ਸੁਪਨਾ ਕੋਰਸੇਸ ਤੇ ਆਪਾਂ ਗੱਲ ਕਰਦੇ ਆਂ ਕੋਰਸੇਸ ਕੀ ਐਕਸਪੀਰੀਅੰਸ ਕਹਿੰਦਾ ਵੀ ਕਿਦਾਂ ਦੇ ਕੋਰਸੇਸ ਲੈਣੇ ਚਾਹੀਦੇ ਆ ਸਟੂਡੈਂਟ ਨੂੰ ਸਕਿਲਡ ਕੋਰਸੇਸ ਵੱਲ ਜਾਵੇ ਟੈਕਨੀਕਲ ਜਿਹੜੇ ਦੂਸਰੇ ਨੇ ਉਹਨਾਂ ਵੱਲ ਜਾਵੇ ਕੀ ਕੀ ਕਰਨਾ ਚਾਹੀਦਾ ਪ੍ਰੋਪਰਲੀ ਇੱਕ ਸਿਲੈਕਸ਼ਨ ਤੋਂ ਪਹਿਲਾਂ ਕੋਰਸਿਸ ਦੇ ਸਿਕ ਕੋਰਸ ਸਿਲੈਕਸ਼ਨ ਦਾ ਸਭ ਤੋਂ ਪਹਿਲਾ ਕ੍ਰਾਈਟੇਰੀਆ ਜਿਹੜਾ ਹੈ ਮੈਂ ਜਿਵੇਂ ਬਾਰ-ਬਾਰ ਕਹਿੰਦਾ ਰਹੇ ਕਿ ਇੱਕ ਇੰਟਰਸਟ ਲੈਵਲ ਜਿਹੜਾ ਬੱਚੇ ਦਾ ਆਪਣਾ ਇੰਟਰਸਟ ਆ ਜਿਹਨੂੰ ਉਹ ਕਰਨਾ ਚਾਹੁੰਦਾ ਸ਼ੌਕ ਨਾਲ ਉਹ ਕੋਰਸ ਜ਼ਰੂਰ ਚੂਜ਼ ਕਰੇ ਸੈਕੰਡ ਇੰਪੋਰਟੈਂਟ ਚੀਜ਼ ਹੈ ਤੁਹਾਨੂੰ ਸ਼ੌਕ ਪੂਰਾ ਕਰਨ ਵਾਸਤੇ ਜਾਂ ਕੋਈ ਕੋਰਸ ਕਰਨ ਵਾਸਤੇ ਤੁਹਾਨੂੰ ਵੀਜ਼ਾ ਲੈਣਾ ਜ਼ਰੂਰੀ ਹੈ ਨਿਊਜ਼ੀਲੈਂਡ ਦਾ ਵੀਜ਼ਾ ਲੈਣ ਵਾਸਤੇ ਤੁਹਾਨੂੰ ਕੋਰਸ ਚੂਜ਼ ਕਰਨਾ ਪਏਗਾ ਜਿਹੜਾ ਤੁਹਾਡਾ ਪ੍ਰੀਵੀਅਸ ਕੁਆਲੀਫਿਕੇਸ਼ਨ ਨਾਲ ਰਿਲੇਵੈਂਟ ਹੈ ਰਿਲੇਵੈਂਟ ਦਾ ਮਤਲਬ ਹੈ ਮੈਚ ਕਰਦਾ ਤੁਕ ਇਸ ਬੇਸ ਲੈਂਦੇ ਆ ਫਰਸਟ ਕੇਸ ਆ 12th ਪਾਸ ਸਟੂਡੈਂਟ 2014 ਜਾਂ 15 ਜਿ ਜਿੰਨੇ ਕਰਨਾ ਹੋਣੀ ਆ 2013 ਜਿ ਜਿੰਨੇ 12th ਕੀਤੀ ਆ 2013 ਵਾਲੇ ਵੀ ਚੱਲ ਰਹੇ ਨੇ ਅੱਜ ਕੱਲ 2013 ਜਿੰਨਾ 12ਵੀਂ ਕੀਤੀ ਆ ਆਰਟਸ ਦੇ ਸਬਜੈਕਟ ਨੇ ਉਹ ਕਹਿੰਦੇ ਸਾਡੇ ਕੋਲ ਨਾ ਤੋਂ ਸਾਇੰਸ ਸੀ ਨਾ ਮੈਥ ਸੀ ਅਸੀਂ ਕਿਹੜਾ ਕੋਰਸ ਕਰੀਏ ਆਰਟਸ ਦੇ ਜਿਹੜੇ ਬੈਕਗਰਾਉਂਡ ਸਟੂਡੈਂਟਸ ਆ ਹਸਪਿਟੈਲਿਟੀ ਕਰ ਸਕਦੇ ਨੇ ਕੁੱਕਰੀ ਕਰ ਸਕਦੇ ਨੇ ਠੀਕ ਹੈ ਬਿਜ਼ਨਸ ਦੇ ਕੋਰਸਸ ਵੀ ਕਰ ਸਕਦੇ ਨੇ ਕਿਉਂਕਿ 12th ਪਾਸ ਜਿਹੜਾ ਬੱਚਾ ਹੈ ਬੇਸਿਕਲੀ ਉਹਦਾ ਇੱਕ ਹੁਣ ਉਹਨੇ ਆਪਣਾ ਕੈਰੀਅਰ ਸ਼ੁਰੂ ਕਰਨਾ ਇੰਜੀਨੀਅਰਿੰਗ ਦੇ ਇਲਾਵਾ ਔਰ ਕਈ ਸਪੈਸੀਫਿਕ ਇੱਕ ਦੋ ਕੋਰਸਸ ਦੇ ਇਲਾਵਾ ਮੈਨੂੰ ਲੱਗਦਾ ਕਿ ਸਾਰੇ ਕੋਰਸਸ ਉਹਦੇ ਵਾਸਤੇ ਓਪਨ ਕਈ ਕਾਲਜਸ ਇਵਨ ਆਈਟੀ ਦੇ ਕੋਰਸਸ ਵੀ ਆਫਰ ਕਰ ਦਿੰਦੇ ਨੇ ਜਿਨ੍ਹਾਂ ਦੇ ਆਰਟਸ ਬੈਕਗ੍ਰਾਉਂਡ ਜਦੋਂ ਅਸੀਂ ਐਲਟੀਐਸਐਸਐਲ ਲਿਸਟ ਦੀ ਗੱਲ ਕਰਦੇ ਹਾਂ ਲੌਂਗ ਟਰਮ ਸ਼ਾਰਟਰ ਸਕਿੱਲ ਲਿਸਟ ਇਮੀਡੀਏਟ ਸ਼ਾਰਟਰ ਸਕਿੱਲ ਲਈ ਆਈਐਸਐਸਐਲ ਦੀ ਗੱਲ ਕਰਦੇ ਹਾਂ ਉਹਨਾਂ ਵੱਲ ਥੋੜਾ ਹੁਣ ਸਟੂਡੈਂਟ ਚਕਾਉ ਦਿਖਾਣਾ ਸ਼ੁਰੂ ਹੋਇਆ ਉਹਨਾਂ ਬਾਰੇ ਨੌਲੇਜ ਮਿਲੀ ਸਟੂਡੈਂਟ ਨੂੰ ਮੈਂ ਉਹ ਚੰਗਾ ਥੋੜਾ ਜਿਹਾ ਉਹਦੇ ਬਾਰੇ ਵੀ ਕਲੀਅਰ ਕਰ ਦਵਾਂ ਕਿ ਐਲਟੀਐਸਐਸਐਲ ਦੇ ਜਿਹੜੇ ਕੋਰਸਸ ਹੈਗੇ ਨੇ ਉਹ ਬੇਸਿਕਲੀ ਯੂ ਨੋ ਤੁਸੀਂ ਐਗਰੀਕਲਚਰ ਦੇ ਲੈ ਲਓ ਡੇਰੀ ਫਾਰਮਿੰਗ ਦੇ ਲੈ ਲਓ ਹਰਟੀਕਲਚਰ ਦੇ ਲੈ ਲਓ ਵਾਈਨ ਮੇਕਿੰਗ ਦੇ ਲੈ ਲਓ ਆਈਟੀ ਦੇ ਸਪੈਸੀਫਿਕ ਕੋਰਸਸ ਹੈਗੇ ਨੇ ਉਹ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਯੂ ਨਾ ਗ੍ਰਾਫਿਕ ਡਿਜ਼ਾਈਨ ਵੀ ਅੱਜਕੱਲ ਇੱਕ ਨਵੀਂ ਐਂਟਰੀ ਹੈ ਉਹਦੇ ਵਿੱਚ ਐਲਟੀਐਸਐਸਐਲ ਉਹ ਲੈ ਸਕਦੇ ਹੋ ਨਰਸਿੰਗ ਦੇ ਕੋਰਸਸ ਹੈਗੇ ਨੇ ਲੇਕਿਨ ਮੇਰੇ ਚੇਅ ਪੁਆਇੰਟ ਇਹ ਕਰਨਾ ਚਾਹਾਂਗਾ ਕਿ ਜ਼ਰੂਰੀ ਨਹੀਂ ਆ ਕਿ ਕੋਈ ਕੋਰਸ ਜਿਹੜਾ ਤੁਸੀਂ ਚੂਜ਼ ਕਰੋ ਐਲਟੀਐਸਐਸਐਲ ਤੇ ਕੋਈ ਮੈਂ بار-बार ਇਹ ਕਹਿ ਰਹੇ ਹਾਂ ਕਿ ਜੋ ਕੋਰਸ ਤੁਹਾਨੂੰ ਕਰਨਾ ਅਛਾ ਲੱਗ ਰਿਹਾ ਹੈ ਜੋ ਤੁਹਾਡਾ ਇੰਟਰਸਟ ਏਰੀਆ ਉਹ ਕੋਰਸ ਕਰੋ ਕਿਉਂਕਿ ਐਂਡ ਆਫ ਦਿ ਡੇ ਤੁਹਾਨੂੰ ਜਿਹੜੀ ਜੌਬ ਲੱਭਣੀ ਪਏਗੀ ਜੌਬ ਜਿਹੜੀ ਲੱਭਣੀ ਆ ਜੋ ਮਿਲੇਗੀ ਉਹ ਤੁਹਾਡੇ ਇੰਟਰਸਟ ਦੇ ਹਿਸਾਬ ਨਾਲ ਮਿਲੇਗੀ ਫੋਰ ਐਗਜ਼ਾਮਪਲ ਤੁਸੀਂ ਆਊਟ ਆਫ ਦਿ ਬਲੂ ਤੁਹਾਨੂੰ ਕੋਈ ਇੰਟਰਸਟ ਨਹੀਂ ਹੈ ਇੰਜੀਨੀਅਰਿੰਗ ਤੇ ਮੈਂ ਬੜੇ ਸਾਰੇ ਬੱਚੇ ਦੇਖੇ ਨੇ ਪੰਜਾਬ ਦੇ ਆਪਣੇ ਇਧਰ ਦੇ ਬੱਚੇ ਐਲਪੀਓ ਤੋਂ ਜਾਂ ਪੰਜਾਬੀ ਇੰਜੀਨੀਅਰਿੰਗ ਕਰ ਰਹੇ ਨੇ ਫਰਸਟ ਈਅਰ ਤੋਂ ਬਾਅਦ ਡ੍ਰੌਪ ਆਊਟ ਨੇ फर्स्ट ईयर ड्रॉप ईयरआउट बहुत सारे बच्चे में मिल चुके हैं वो कह रहे ना इंजीनियरिंग ज्वाइन क्यों की, की बीटेक नहीं मेरे पेरेंट्स ने कहा इंजीनियर बनना है इंजीनियर करें कर जी जी। अगर इंटरेस्ट नहीं लोगे, फॉर एग्जाम्पल न्यूजीलैंड इन्ना करके चले गए कोई कोर्स टी एस इलेक्ट्रिकल इंजीनियर एल टा ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਲੈ ਕੇ ਚਲੇ ਗਏ ਪੜ ਹੀ ਨਹੀਂ ਪਾਇਆ ਫਾਇਦਾ ਕੀ ਉਸ ਚੀਜ਼ ਦਾ ਕੋਰਸ ਹੋ ਲੋ ਜਿਹੜਾ ਕਿ ਰੀਜ਼ਨੇਬਲ ਹੋਵੇ ਜਿਹੜਾ ਤੁਹਾਡਾ ਪ੍ਰੀਵੀਅਸ ਬੈਕਗਰਾਉਂਡ ਨਾਲ ਮੈਚ ਕਰ ਰਿਹਾ ਹੋ ਜਿਹਦੇ ਦੀ ਤੁਹਾਡਾ ਇੰਟਰਸਟ ਹੋ ਕਰਨ ਵਾਲਾ ਯਾਰ ਤਦ ਵੀ ਤੁਹਾਨੂੰ ਮਿਲ ਜਾਵੇ ਜੀ ਜੀ ਸੋਚ ਵੀ ਬੜੀ ਨਜ਼ਰ ਆਉਂਦੀ ਹੈ ਵੀ ਸ਼ਾਇਦ ਜਿਹੜੀ ਲਿਵ ਜਿਹੜੀ ਲਾਸਟ ਪੁਆਇੰਟ ਹੈ ਸਟਡੀ ਵਰਕ ਐਂਡ ਲਿਵ ਜਿਹਨੂੰ ਆਪਾਂ ਸੈਟਲ ਕਹਿ ਦਿੰਦੇ ਹਾਂ ਉਹ ਸ਼ਾਇਦ ਐਲਟੀਐਸਐਸਐਲ ਜਾਂ ਆਈਐਸਐਸਐਲ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਅਮਨਦੀਪ ਜੀ ਉਸ ਚੀਜ਼ ਦਾ ਐਂਡ ਆਫ ਦਿ ਡੇ ਤਿੰਨ ਚੀਜ਼ਾਂ ਮੈਟਰ ਕਰਨਗ completion of new zealand qualification ਤੁਹਾਡੀ ਏਜ ਦੇ ਪੁਆਇੰਟ اور ਤੀਸਰਾ ਜਿਹੜਾ ਗੈਟਿੰਗ ਅ ਜੌਬ ਆਫਰ ਇਨ ਰਿਲੇਵੈਂਟ ਫੀਲਡ ਅਗਰ ਤਿੰਨ ਚੀਜ਼ਾਂ ਤੁਹਾਡੇ ਕੋਲ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਪੀਆਰ ਵਾਸਤੇ ਕੁਆਲੀਫਾਈ ਉੱਥੇ ਹੋ ਜਾਓਗੇ ਜੀ ਇਟ ਡਸ ਨੋਟ ਅਫੈਕ ਮੈਟਰ ਨਹੀਂ ਕਰਦਾ ਕਿ ਤੁਹਾਡਾ ਐਲਟੀਸ ਐਸਐਲ ਹੈ ਸ਼ਾਰਟ ਸਕਿੱਲ ਚ ਹੈ ਨਹੀਂ ਹੈ ਕੋਈ ਕੋਈ ਵੀ ਮੰਦਵ ਸਵਾਲ ਨਿਊਜ਼ੀਲੈਂਡ ਨੂੰ ਉਹ ਲੈ ਕੇ ਆ ਰਿਹਾ ਤਾਂ ਜਗਜੀਤਜੀ ਦੀ ਟੀਮ ਦੇ ਨਾਲ ਤਬ ਤੱਕ ਕੰਮ ਕੀਤਾ ਜਾ ਸਕਦਾ ਪੰਜਾਬ ਵਾਲੇ ਸਟੂਡੈਂਟ ਜਲੰਧਰ ਅਮਰitsar ਆਫਿਸ ਵਿਜ਼ਿਟ ਕਰ ਸਕਦੇ ਨੇ ਨੰਬਰ ਚੱਲ ਰਹੇ ਨੇ ਕਾਲ ਕੀਤੀ ਜਾ ਸਕਦੀ ਹੈ ਡੈਲੀ ਵਾਲੇ ਸਟੂਡੈਂਟਸ ਵੀ ਆਪਣੀ ਕੁਐਰੀਜ਼ ਰੱਖ ਸਕ ਸੋ ਮੈਂ ਕਿਹ ਜ਼ਰੂਰ ਚਾਹੂੰਗਾ ਜਿਹੜੇ ਕੋਰਸਸ ਨੂੰ ਲੈ ਕੇ ਵੀ ਕਨਫਿਊਜ਼ ਨੇ ਸਟੂਡੈਂਟs ਆਈਪੀਪੀ ਨੂੰ ਲੈ ਕੇ ਆ ਨੌਨ ਆਈਪੀਪੀ ਨੂੰ ਲੈ ਕੇ ਉਹ ਵੀ ਇੱਕ ਵਾਰੀ ਰਾਪਟਾ ਜ਼ਰੂਰ ਕਾਇਮ ਕਰ ਲਿਓ ਕਿਵੇਂ ਦੇਖਦੇ ਹੋ ਜਦੋਂ ਤਾਂ ਆਈਪੀਪੀ ਇੰਟਰੋਡਿਊਸ ਹੋਇਆ ਕੀ ਫਰਕ ਆਇਆ ਉਹਦੇ ਸਟੂਡੈਂਟਸ ਦੀ ਕੁਐਰੀਜ਼ ਦੇ ਵਿੱਚ ਸੀ ਕੁਐਰੀਜ਼ 'ਚ ਕੋਈ ਫਰਕ ਨਹੀਂ ਹੈ ਬਟ ਉਹ ਮਿਸਗਾਈਡ ਕਈ ਏਜੰਟਸ ਨੇ ਕੀਤੇ ਨੇ ਉਹਨਾਂ ਨੂੰ ਕਿ ਭਈ ਆਈਪੀਪੀ ਤੇ ਕਰਦੋ ਤੁਹਾਡਾ ਵੀਜ਼ਾ ਕਨਫਰਮ ਆ ਕੋਰਸ ਦਾ ਕੋਈ ਮਤਲਬ ਨਹੀਂ ਰੱਖਿਆ ਹਾਂ ਇੱਕੋ ਹੀ ਕਾਲਜ ਪਕੜ ਲਿਆ ਜੋ ਕਿ ਪੂਰੇ ਪੰਜਾਬ ਦੇ ਜਿਨ੍ਹਾਂ ਨੇ ਵੰਡੇਆ ਵੰਡੇਆ ਹੋਇਆ ਆਪਣਾ ਆਈਪੀਪੀ ਉਹੀ ਕਾਲਜ ਤੇ ਭੇਜੇਗੇ ਸਟੂਡੈਂਟ ਨੂੰ ਪਤਾ ਨਹੀਂ ਕਿਹੜਾ ਕੋਰਸ ਉੱਥੇ ਜਾ ਕੇ ਕਰਨਾ ਉਹਨੂੰ ਕੋਰਸ ਪੁੱਛੋ ਮੇਰੀ ਦੀ ਗੱਲ ਹੈ ਮੈਂ ਇੰਟਰਨੈਸ਼ਨਲ ਡਾਇਰੈਕਟਰ ਜਿਹੜੇ ਉਹਨਾਂ ਦੇ ਐਨਐਮਆਈਟੀ ਉਹ ਕਹਿੰਦੇ ਤੁਹਾਡੇ ਕੋਲ ਜਦੋਂ ਸਾਰੇ ਪਿੰਲੋਂ ਤੇ ਟ੍ਰੇਨਡ ਹੁੰਦੇ ਨੇ ਮੈਂ ਤਾਂ ਦੋ ਬੱਚੇ ਇਹੋ ਜਿਹੇ ਮਿਲਿਆ ਉਹਨਾਂ ਨੂੰ ਪੁੱਛਿਆ ਕਿਹੜੇ ਕੋਰਸ ਕਰਨ ਆਏ ਉਹ ਕਹਿੰਦੇ ਐਨਐਮਆਈਟੀ ਆਏ ਆ ਅਸੀਂ ਮਤਲਬ ਇਹੋ ਜਿਹਾ ਆਨਸਰ ਬੇਸਿਕਲੀ ਏਜੰਟ ਜਿਹੜੇ ਪੰਜਾਬ ਦੇ ਉਹਨਾਂ ਨੇ ਪ੍ਰੋਮੋਟ ਕਾਲਜ ਆਈਪੀਪੀ ਦੇ ਕਰਕੇ ਬੱਚਿਆਂ ਨੂੰ ਭੇਜਦਾ ਬੱਚਿਆਂ ਨੂੰ ਵੀ ਨਹੀਂ ਪਤਾ ਕਿ ਉਹ ਕਿਹੜਾ ਕੋਰਸ ਉੱਥੇ ਕਰਨਾ ਹੈ ਉਹਨਾਂ ਦਾ ਇੰਟਰਸਟ ਕੀ ਹੈ ਕੁਝ ਨਹੀਂ ਬੱਚੇ ਦਾ ਆਪਾਂ ਨਹੀਂ ਦੇਖ ਸਕਦੇ ਉਹਦੇ ਵਿੱਚ ਕੋਈ ਆਪਾਂ ਬਹੁਤ ਬਰਾਇਡ ਜਿਹਨੂੰ ਆਪ ਇਥੋਂ ਹੀ ਪ੍ਰੋਪਰਲੀ ਗਾਈਡ ਕਰਕੇ ਨਹੀਂ ਭੇਜਿਆ ਗਿਆ ਮੈਂ ਪੇਰੈਂਟਸ ਨੂੰ ਵੀ ਇੱਕ ਰਿਕਵੈਸਟ ਜੂਰ ਕਰੂੰਗਾ ਜਿਹੜ ਪ੍ਰੋਪਰਲੀ ਆਪ ਵੀ ਸਮਝੋ ਬੱਚੇ ਨੂੰ ਵੀ ਕਹੋ ਵੀ ਪ੍ਰੋਪਰ ਸਮਝ ਕਿਹੜੇ ਕੋਰਸ ਦੇ ਵਿੱਚ ਜਾ ਰਹੇ ਆ ਉਹ ਸਬਜੈਕਟਸ ਕੀ ਰਹਿਣਗੇ ਰਿਲੇਵੈਂਟ ਹੈ ਨਹੀਂ ਹੈ ਕਿਹੜੀ ਜਗ੍ਹਾ ਤੇ ਹੈ ਕਾਲਜ ਕਿਦਾਂ ਦਾ ਹੈ ਸਰਕਾਰੀ ਹੈ ਨਹੀਂ ਹੈ ਇੱਕ ਐਸਓਪੀ ਜਿਹੜਾ ਇੱਕ ਹੁੰਦਾ ਮੈਂ ਦੇਖਿਆ ਉਹਨੂੰ ਕਾਫੀ ਮਿਸਯੂਜ਼ ਕੀਤਾ ਜਾਂਦਾ ਪੰਜਾਬ ਵਿੱਚ ਬੱਚਿਆਂ ਵਿੱਚ ਮੈਂ ਦੇਖਿਆ ਐਸਓਪੀ ਸਟੇਟਮੈਂਟ ਆਫ ਪਰਪਸ ਦਾ ਮੇਨ ਐਮ ਇਹ ਹੁੰਦਾ ਹੈ ਕਿ ਤੁਸੀਂ ਉਹਦੇ ਵਿੱਚ ਡਿਸਕ੍ਰਾਈਬ ਕਰੋ ਉਹਦੇ ਵਿੱਚ ਪਿੰਪੁਆਇੰਟਿੰਗ ਇਹ ਕਰੋਗੇ ਤੁਸੀਂ ਤੁਹਾਡਾ ਇੰਟਰੋਡਕਸ਼ਨ ਕੀ ਬੈਕਗ੍ਰਾਉਂਡ ਕੀ ਹੈ ਤੁਸੀਂ ਨਿਊਜ਼ੀਲੈਂਡ ਕਿਉਂ ਚੁਣਿਆ ਤੁਸੀਂ ਇਹ ਕਾਲਜ ਕਿਉਂ ਜਾ ਰਹੇ ਹੋ ਇਹ ਕੋਰਸ ਕਿਉਂ ਕਰੋਗੇ ਕোর্স ਦੇ ਬਾਅਦ ਤੁਹਾਨੂੰ ਕੀ ਜੋਬ ਅਪਰਚ्युनिटीज ਮਿਲਣਗੀਆਂ ਤੁਹਾਡਾ ਬੈਨੀਫਿਟਸ ਕੀ ਹੈ ਇਸ ਕੋਰਸ ਦੇ ਬਾਅਦ اور ਤੁਹਾਡੇ ਲੌਂਗ ਟਰਮ ਕੀ ਗੋਲਸ ਨੇ ਇਹ ਸਭ ਨੂੰ ਪੁਆਇੰਟ ਮਿਲਾ ਕੇ ਐਸਓਪੀ ਬਣਦਾ ਹੈ ਅਗਰ ਕੋਈ ਬੱਚਾ ਇਹ 5 6 ਪੁਆਇੰਟ ਨੂੰ ਲੈ ਕੇ ਐਸਓਪੀ ਬਣਾ ਲੇਗਾ ਮੈਨੂੰ ਲੱਗਦਾ ਹੈ ਕਿ ਉਹ ਇੰਟਰਵਿਊ ਵੀ ਕਲੀਅਰ ਕਰ ਲੇਗਾ ਐਸਓਪੀ ਜੇ ਬਹੁਤ ਅੱਛੀ ਬਣੀ ਹੈ ਉਹਦਾ ਕੈਰੀਅਰ ਵੀ ਠੀਕ ਹੈ ਇਹ ਸਭ ਚੀਜ਼ਾਂ ਦੇ ਕਰ ਅਨਸਰ ਉਹ ਦੇ ਦੇਗਾ ਜੀ ਮੇਰੇ ਖਿਆਲ ਅੱਜ ਹਰ ਚੀਜ਼ ਕਲੀਅਰ ਹੋ ਗਈ ਹੈ ਚਾਹੇ ਉਹ 8 ਸਾਲਾ ਸਟੂਡੈਂਟ ਹੈ ਜਿੰਨਰਿੰਗ ਵਾਲਾ ਸਟੂਡੈਂਟ ਹੈ ਉਹਨੂੰ ਕਿਹੜੇ ਕੋਰਸ ਲੈਣੇ ਚ ਜੇ ਆਪਣੇ ਇੰਟਰਸਟ ਮੁਤਾਬਿਕ ਉਹ ਆਪਣੇ ਕੋਰਸ ਲੈਂਦਾ ਤਾਂ ਕਿ ਐਡਵਾਂਟੇਜ ਮਿਲਦੀ ਹੈ ਉਹਨੂੰ ਤੇ ਖਾਸ ਜਿਹੜੀ ਪਾਲਿਸੀ ਹੈ ਸਟੱਡੀ ਵਰਕ ਐਂਡ ਲਿਵ ਜਿਹੜੇ ਸੈੱਟ ਹੋਣਾ ਚਾਹੁੰਦੇ ਨੇ ਬੱਚੇ ਉਹਨਾਂ ਲਈ ਵੀ ਆਪਸ਼ਨਸ ਹੈਗੀਆਂ ਨੇ ਜੇ ਪ੍ਰੋਪਰਲੀ ਉਹ ਟਰਮਸ ਐਂਡ ਕੰਡੀਸ਼ਨਸ ਆਪਣੀਆਂ ਜੋ ਉਹਨਾਂ ਦੇ ਲਾਜ਼ ਕਹਿੰਦੇ ਆ ਜੋ ਉਹਨਾਂ ਦੇ ਟਰਮਸ ਨੇ ਪੂਰੀਆ ਕਰਦੇ ਆ ਤਾਂ ਪੀਆਰ ਤੱਕ ਵੀ ਕਾਫੀ ਬੱਚੇ ਜਿਹੜੇ ਪਹੁੰਚੇ ਵੀ ਆ ਪਹੁੰਚ ਵੀ ਸਕਦੇ ਆ ਬਸ਼ਰਤੇ ਤੁਹਾਡਾ ਇੱਕ ਏਮ ਕਲੀਅਰ ਹੋਣਾ ਚਾਹੀਦਾ ਲੀਗਲ ਵੇ ਹੋਣਾ ਚਾਹੀਦਾ ਤੇ ਇੱਕ ਚੰਗੇ ਕੰਸਲਟੈਂਟ ਦੁਆਰਾ ਗਾਈਡੈਂਸ ਉਹ ਤੁਹਾਨੂੰ ਮਿਲਣੀ ਚਾਹੀਦੀ ਹੈ ਕੋਈ ਵੀ ਮੰਨਦੇ ਵੀ ਸਵਾਲ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਜਲੰਧਰ ਅੰਮ੍ਰਿਤਸਰ ਵਿਖੇ ਕਰ ਸਕਦੇ ਹੋ ਜਗਜੀਤ ਜੀ ਵੀ ਮਹੀਨੇ 'ਚ 15 ਦਿਨ ਦੋ ਵਾਰੀ ਮੇਰੇ ਖਾਲ ਤੁਸੀਂ ਦੱਸਿਆ ਆ ਪੁੱਛੇ ਹੁੰਦੇ ਹਾਂ ਹੁਣ ਮਹੀਨੇ 'ਚ ਕਮ ਸੇ ਹਮ 4 ਵਾਰੀ ਮੇਰੀ ਵਿਜ਼ਿਟ ਹੁੰਦੀ ਹੈ ਜਲੰਧਰ ਉਹ ਜੇ ਬਾਕੀ ਮੈਂ ਅਵੇਲੇਬਲ ਹੁਣਾ ਸਕਾਈਪ ਤੇ ਅਵੇਲੇਬਲ ਹੁਣਾ ਫੋਨ ਤੇ ਮੈਂ ਅਵੇਲੇਬਲ ਹੁਣਾ ਹੈ ਵੈਬਸਾਈਟ ਤੇ ਤੁਸੀਂ ਆਨਲਾਈਨ ਅਗਰ ਪੇਜ ਤੇ ਉਹ ਕਰੋਗੇ ਉਹ ਅਵੇਲੇਬਲ ਹੁੰਦਾ ਹੈ ਹੌਟਲਾਈਨ ਨੰਬਰ ਜਿਹੜਾ ਫਲੈਸ਼ ਹੋ ਰਿਹਾ ਉਹਦੇ 'ਚ ਉਹਦੇ 'ਚ ਵੀ ਤੁਸੀਂ ਅਗਰ ਮੇਰੇ ਨਾਲ ਗੱਲ ਕਰਨਾ ਚਾਹ ਰਹੇ ਹੋ ਉਹ ਵੀ ਮੈਨੂੰ ਤੁਸੀਂ ਕਾਇਮ ਕਰਨਾ ਚਾਹੁੰਦੇ ਹੋ ਨਿਊਜ਼ੀਲੈਂਡ ਬਾਰੇ ਕੋਈ ਕਨਫਿਊਜ਼ਨ ਹੈ ਜਾਣਾ ਚਾਹੁੰਦੇ ਹੋ ਕੋਰਸਸ ਬਾਰੇ ਉੱਚੀ ਦੀ ਕੁਆਲਿਟੀਫ ਐਜੂਕੇਸ਼ਨ ਬਾਰੇ ਆਈਪੀਪੀ ਬਾਰੇ ਨਾਨ ਆਈਪੀਪੀ ਬਾਰੇ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਮਨ ਦੇ ਵਿੱਚ ਆ ਰਿਹਾ ਹੈ ਈਐਨਜ਼ਡ ਆ ਰਿਮੈਂਬਰ ਦੇਖਜੀ ਜੀ ਨਾਲ ਆਪ ਦਾ ਕਾਇਮ ਕੀਤਾ ਜਾ ਸਕਦਾ ਸ਼ੋਰ ਦਾ ਸਮਾਨੀ ਅਲਾਉ ਕਰ ਰਿਹਾ ਨੂੰ ਅੱਗੇ ਵਧਾਉਣ ਦਾ ਬਟ ਤੁਹਾਡੇ ਲਈ ਆਪਸ਼ਨਸ ਹੈਗੀਆਂ ਨੇ ਮੈਡਵੇ ਨਾਲ ਕਿਸੇ ਵੀ ਸਮੇਂ ਰਾਬਤਾ ਕਾਇਮ ਕਰਕੇ ਅਸੈਸਮੈਂਟ ਜਿਹੜੀ ਇਹ ਕਰਵਾਈ ਜਾ ਸਕਦੀ ਹੈ ਖਾਸ ਇੱਕ ਸਰਵਿਸ ਫੀਸ ਸਾਂਝੀ ਕਰ ਦਵਾ ਮੈਡਵੇ ਕੋਈ ਵੀ ਸਰਵਿਸ ਚਾਰਜ ਪ੍ਰੋਸੈਸਿੰਗ ਫੀਸ ਨਹੀਂ ਲੈਂਦਾ ਨਿਊਜ਼ੀਲੈਂਡ ਜ ਜੀ ਜੀ ਅੱਜ ਦੇ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੰਮ੍ਰਿਤ ਧੰਨਵਾਦ ਸਾਰੀ ਦਰਸ਼ਕਾਂ ਦਾ ਟੈਕਨੀਕਲ ਟੀਮ ਦਾ ਜਿਨ੍ਹਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ ਹੈ ਅੱਜ ਦੇ ਸ਼ੋਅ ਨੂੰ ਇਹ ਤੇ ਖਤਮ ਕਰਦੇ ਹਾਂ ਆਪਣੇ ਦੋਸਤਾਂ ਮਨੀ ਤੇ ਜਯਾਦਰ ਸਤਿ ਸ਼੍ਰੀ ਅਕਾਲ